की फिर किनू मन बनाया किनू जिताना जिनू तू कहेगा वड्डा कलाकार पटके ठग है जमा हो मूसे वाला ਨਿੱਕੀ ਤਾਂ ਸਾਨੂੰ ਤਾਂ ਕੁਝ ਦਿੰਦਾ ਨਹੀਂ ਬੱਚਿਆਂ ਤਾਂ ਨੌਕਰੀ ਨਹੀਂ ਮਿਲੀ ਹੈਗੀ ਮੂਸੇ ਵਾਲਾ ਵੀ ਉਹ ਕਹਿੰਦਾ ਮੈਂ ਕਲਾਕਾਰ ਆ ਮੇਰੇ ਨਾਲ ਨੌਜਵਾਨ ਬਹੁਤ ਜੁੜੇ ਤੁਹਾਨੂੰ ਲੱਗਦਾ ਵੀ ਨੌਜਵਾਨਾਂ ਦਾ ਸਾਥ ਮਿਲ ਕੇ ਜੇ ਨੌਜਵਾਨ ਹੋਣਗੇ ਜਿਹੜੇ ਨਾਲ ਜੁੜੇ ਨੇ ਕੀ ਮੌਕੇ ਤੇ ਪਤਾ ਲੱਗੂ ਅਸਲ ਤਾਂ ਹਾਂਜੀ ਮੌਕੇ ਤੇ ਪਤਾ ਲੱਗੂਗਾ ਪਰ ਹੁਣ ਲੋਕਾਂ ਦੀ ਟੱਕਰ ਅਸੀਂ ਮੂਸੇ ਵਾਲੇ ਦੀ ਜਾਂ ਕਾਂਗਰਸ ਦੀ ਕੀ ਕਹੀਏ ਸਾਨੂੰ ਤਾਂ ਹਜੇ ਨਰਮੇ ਦਾ ਮਾਪ ਜਾਣੀ ਨਾ ਹੀ ਬਾਦਲ ਦੀ ਮਾੜੀ ਸੋਚ ਬਾਦਲ ਸਹੀ ਸੀ ਬੰਦਾ ਮੂਹਰਲੇ ਬੰਦੇ ਨੇ ये सानू भी इतराज है इस चीज़ का असी ये चीज़ का असी भी इतराज कर देंगे केजरीवाल साहब से भी क्यों नहीं तू फैलों से सैन कर दा कुछ नहीं किया चनाया सब तो हॉट सीट मानसा से पहुंचे उतों दी औरतों का की कहना मूसे वाला डॉक्टर सिंगला तो प्रेम रोड़ा कि उत्थे दावेदारी मजबूत आ कि पक्ष च हवा तो माता पिछले दिन जिहड़ियां सरकारां संतोष नाल वोट पाओगे पावांगे करके वोट पानी है भी चाहे भी ये काम मेरा तो कोई मंग नहीं मैं परमात्मा सच्चा पातशाह हो करे सुख रखे नगर खेड़े च बेड़े सरकार ने जो काम किए तू पहला संतुष्ट आएगा फिर की फिर किनू मन बनाया किनू जिता जिनू तू कहेगा किसी नहीं कहते ना जी जिनू तू कहेगा उसे पा देंगे ਤੁਸੀਂ ਮਾਤਾ ਕਿਹਨੂੰ ਜਿਤਾਉਣਾ ਐਰਕੀ ਅਸੀਂ ਆਮ ਪਾਰਟੀ ਹੋਈ ਤਾਂ ਮੰਗ ਆਮ ਆਦਮੀ ਪਾਰਟੀ ਨੂੰ ਕਿਉਂ ਐਰਕੀ ਤੁਸੀਂ ਵੀ ਜਿਹੜੀਆਂ ਦੂਜੀ ਬਦਲਾਉਣੀ ਚਾਹੀਦੀ ਐ ਤੇ ਦੂਜੇ ਪਾਸੇ ਕਲਾਕਾਰ ਮੂਸੇ ਵਾਲਾ ਵੱਡਾ ਕਲਾਕਾਰ ਪੱਟ ਕੇ ਠੱਗਾ ਜਮਾ ਹੋ ਮੂਸੇ ਵਾਲਾ ਕੀ ਸਭ ਤੋਂ ਕੀ ਹੁਣੇ ਇਹ ਜਿਹੜਾ ਕੰਮ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਤਾਂ ਕੁਝ ਦਿੰਦਾ ਨਹੀਂ ਬੱਚਿਆਂ ਨੂੰ ਤਾਂ ਨੌਕਰੀ ਨਹੀਂ ਮਿਲੀ ਹੈਗੀ ਚੰਨੀ ਸਰਕਾਰ ਤਾਂ ਕਹਿੰਦਾ ਮੈਂ ਤਾਂ ਉਹਦਾ ਕਹਿੰਦਾ ਮੈਂ 36000 ਮਿਲਾ ਜਾਂ ਡਿਗਰੀਆਂ ਕਰਕੇ ਉਹ ਫਿਰਦੇ ਨੇ ਬੱਚੇ ਡਿਗਰੀਆਂ ਕਰਕੇ ਵਿਹਲੇ ਫਿਰਦੇ ਨੇ ਜਿਹੜੇ ਪੱਕੇ ਜਦੋਂ ਕਰਨਗੇ ਦੇਖੀ ਜੋ ਇਹ ਤਾਂ ਲਾਰੇ ਨਾ ਤੇ ਕੀ ਤੂੰ ਆਸ ਵੀ ਕਿਹੜਾ ਇੱਥੇ ਕਰੂਗਾ ਤੁਹਾਡੇ ਕੰਮ ਸਾਰੇ ਉਹ ਦੇਖੋ ਜੇ ਕੋਈ ਦੇਸ਼ ਤੀਜੀ ਪਾਰਟੀ ਆ ਗਈ ਖਬਰ ਕਰੀ ਦੇ ਭਗਵੰਤ ਮਾਨ ਤੇ ਤੁਹਾਨੂੰ ਹੈਗੀ ਆਸ ਵੀ ਉਹ ਕਰੂਗਾ ਹੈਗੀ ਆਸ ਦਿੱਲੀ 'ਚ ਬਹੁਤ ਕੁਝ ਕਰ ਛੱਡਿਆ ਨੇ ਤੁਸੀਂ ਦਿੱਲੀ ਅੰਦਲ ਜਿਹੜਾ ਕਿਸਾਨੀ ਅੰਦੋਲਨ ਉਹ ਤੇ ਜਾਂਦੇ ਸੀ ਹਾਂ ਅਸੀਂ ਤਾਂ ਨਹੀਂ ਗਏ ਜੀ ਫਿਰ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਦਿੱਲੀ 'ਚ ਉਹਨੇ ਕੰਮ ਸੋਥੋ ਵਰਗੇ ਤੁਹਾਡੇ ਵਰਗੇ ਤਾਂ ਸੁਣ ਲੈਨੇ ਆ ਵੀ ਉਹਨੇ ਕੇਜਰੀਵਾਲ ਨੇ ਉਹਤੇ ਕੰਮ ਹੈਗਾ ਤੇ ਚੰਨੀ ਕਹਿੰਦਾ ਮੈਂ ਇੰਨੇ ਕੰਮ ਕਰਤੇ ਲੋਕ ਮੇਰੇ ਸਿਰ ਤੇ ਹੱਥ ਰੱਖਣਗੇ ਚੰਨੀ ਕੁਝ ਨਹੀਂ ਕੀਤਾ ਤੁਸੀਂ ਬਾਈ ਜੀ ਝਾੜੂ ਨੂੰ ਪਾਵਾਂਗੇ ਝਾੜੂ ਨੂੰ ਪਾਉਣ ਦਾ ਕਾਰਨ ਕੀ ਸਮਝਦੇ ਆ ਜਿਹੜੀਆਂ ਦੂਜੀਆਂ ਦੋ ਅਕਾਲੀ ਦਲ ਆ ਕਾਂਗਰਸ ਆ ਇਹਨਾਂ ਤੋਂ ਇੰਨੀ ਨਿਰਾਸ਼ਾ ਕਾ ਤੂੰ ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ ਚੰਗੇ ਸਕੂਲ ਆ ਚੰਗੇ ਹਸਪਤਾਲ ਆ ਜਿਵੇਂ ਨੇੜੇ ਆ ਰਿਹਾ ਪੰਜਾਬ ਦੀ ਰਾਜਨੀਤੀ ਗਰਮਾਉਂਦੀ ਜਾਂਦੀ ਆ ਤਾਸ਼ ਦੀਆਂ ਬਾਜ਼ੀਆਂ ਹੁਣ ਚਾਹੇ ਚਾਹ ਦੀਆਂ ਚੁਸਕੀਆਂ ਹੁਣ ਹਰ ਥਾਂ ਤੇ ਰਾਜਨੀਤੀ ਦੀ ਗੱਲ ਚੱਲ ਰਹੀ ਹੈ ਵੀ ਇਸ ਵਾਰ ਕਿਹੜੀ ਸਰਕਾਰ ਨੂੰ ਮੌਕਾ ਦਿੱਤਾ ਜਾਵੇ ਮਾਨਸਾ ਦਾ ਸਭ ਤੋਂ ਹੌਟ ਜਿਹੜਾ ਏਰੀਆ ਮੰਨਿਆ ਜਾਂਦਾ ਪੰਜਾਬ ਦਾ ਸਭ ਤੋਂ ਹੌਟ ਇਲਾਕਾ ਮਾਨਸਾ ਜਿੱਥੇ ਇੱਕ ਪਾਸੇ ਸਿੱਧੂ ਮੂਸੇ ਵਾਲਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਆਖਿਆ ਕਿਆ ਸਰਾਈਆਂ ਇਹ ਲਗਾਈਆਂ ਜਾ ਰਹੀਆਂ ਵੀ ਇਹਨਾਂ ਦੀ ਸਿੱਧਮ ਟੱਕਰ ਹੈ ਇੱਥੇ ਕਿਹਦਾ ਪਲੜਾ ਭਾਰੀ ਆ ਜਾਣਦੇ ਇੱਥੋਂ ਦੇ ਲੋਕਾਂ ਤੋਂ ਸੋ ਕੀ ਲੱਗਦਾ ਜੀ ਮਾਨਸਾ ਦੇ ਵਿੱਚ ਕਿਹਦੀ ਪਲੜਾ ਭਾਰੀ ਆ ਪਲੜਾ ਤਾਂ ਦੇਖੋ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਪੱਲੜਾ ਤਾਂ ਐਤਕੀ ਮੌਕੇ 'ਤੇ ਪਤਾ ਲੱਗੂ ਅਸਲ ਤਾਂ ਮੌਕੇ 'ਤੇ ਪਤਾ ਲੱਗੂਗਾ ਪਰ ਹੁਣ ਲੋਕਾਂ ਦੀ ਹਵਾ ਬਦਲੀ ਹੋਈ ਹੈ ਆਮ ਆਦਮੀ ਪਾਰਟੀ ਲਗਾਤਾਰ ਦਾਅਵੇ ਕਰ ਰਹੀ ਹੈ ਵੀ ਭਗਵੰਤ ਮਾਨ ਦਾ ਅਸੀਂ ਸੀ ਐੱਮ ਫੇਸ ਵਜੋਂ ਨਾਮ ਐਲਾਨ ਤਾਂ ਉਸ ਤੋਂ ਬਾਅਦ ਮਾਲਵੇ ਦੀ ਹਰ ਕੌਂਸਟੀਟੈਂਸੀ ਦੇ ਵਿੱਚ ਸਾਨੂੰ 8 ਤੋਂ 10 ਹਜ਼ਾਰ ਦਾ ਫਾਇਦਾ ਮਿਲੂਗਾ ਉਹਨਾਂ ਦੇ ਦਾਅਵਿਆਂ 'ਚ ਕਿੰਨੀ ਕੁ ਸੱਚਾਈ ਲੱਗਦੀ ਹੈ ਤੁਹਾਨੂੰ ਸੱਚਾਈ ਤਾਂ ਜੀ ਦੇਖੋ ਭਗਵੰਤ ਮਾਨ ਹੁਣ ਕਿੰਨ 2-3 ਸਾਲ ਸੀ 7 ਸਾਲ ਤੋਂ ਐਮ ਪੀ ਰਹੇ ਨੇਗੇ ਵੀ ਆਪਦੇ ਹਲਕੇ ਜਿੰਨਾ ਕੁ ਤੋਂ ਕੀਤਾ ਗਿਆ ਉਹਨੇ ਕੀਤਾ ਗਾ ਪਰ ਹੁਣ ਜਿਹੜੇ ਸਾਡੇ ਇੱਧਰੋਂ ਆਮ ਦੇਖਦੇ ਹਾਂ ਆਪਾਂ ਦੂਜੀਆਂ ਪਾਰਟੀਆਂ ਦੇ ਉਹ ਕੋਈ ਬਹੁਤਾ ਵਿਕਾਸ ਵਾਲੀ ਗੱਲ ਨਹੀਂ ਉਹਨਾਂ ਨੇ ਕੀਤੀ ਗੀ ਇਸ ਕਰਕੇ ਲੋਕਾਂ ਦਾ ਰਿਹਾ ਨੌਜਵਾਨਾਂ ਦਾ ਝੁਕਾਅ ਸਿੱਧੂ ਮੂਸੇ ਵਾਲਾ ਪੰਜਾਬੀ ਗਾਇਕ ਆ ਉਹ ਕਹਿੰਦਾ ਵੀ ਮੇਰੇ ਲਈ ਕਾਫੀ ਜ਼ਿਆਦਾ ਝੁਕਾਅ ਨਹੀਂ ਸਿੱਧੂ ਮੂਸੇ ਵਾਲੇ ਦਾ ਜਿਹੜਾ ਨਵਾਂ ਪੋਸ਼ ਹੈ ਉਹਦੇ ਵਿੱਚ ਹੈਗਾ ਗਾ ਪਰ ਜੇ ਪੁਰਾਣੇ ਪੋਸ਼ ਵੀ ਨਹੀਂ ਦੇਖੀਏ ਤਾਂ ਦੂਜਾ ਇਹ ਪੋਸ਼ ਨਹੀਂ ਮਤਲਬ ਉਹਨਾਂ ਉਹਨੂੰ ਉਹ ਕਰਦੇ ਇਹ ਨਵੀਂ ਪੀੜ੍ਹੀ ਹੈਗੀ ਨਵੀਂ ਪੀੜ੍ਹੀ ਹੈਗੀ ਇਹਨਾਂ ਮਨੀ ਥੋੜ੍ਹੀ ਬਾੜੀ ਪਰ ਉਹ ਗੱਲ ਨਹੀਂ ਬਣਦੀ ਗੀ ਮਾਨਸੇ ਦੀ ਸੀਟ 'ਤੇ ਜੇ ਆਪਾਂ ਟੱਕਰ ਦੀ ਗੱਲ ਕਰੀਏ ਵੀ ਸਿੱਧਮ ਟੱਕਰ ਕਿਹਦੀ ਤੁਸੀਂ ਮੰਨਦੇ ਆ ਪ੍ਰੇਮ ਅਰੋੜਾ ਜੀ ਵੀ ਆ
दूजे पासे किसानों वालों भी इत्थे आपदा कैंडीडेट उतारिया गया ते ए जिहड़ा एरिया मानसा इत्थे जिहड़ा किसानी अंदोलन सी वो भी सब तो ज़्यादा पंजाब दा सरगर्म जिलों के मानसा एक सी जिते सब तो ज़्यादा जोर सी किसानी अंदोलन का। किसानी अंदोलन का जोर सीगा जी, किसानों ने बहुत वो किया सीगा, पर जिथे किसानों के मसले अड़ जाते ना के उत्थे वड्डा हो जाता। हुण टक्कर असी मूसेवाल दी जां कांग्रेस की की कहीए, सानू तो हजे नरमे का मुआवजा नहीं मिलेगा। चन्नी वालों का कहा जा रहा भी मेरे 111 दिनों का रिपोर्ट जा चको, सानू हजे तक नवा पैसा भी नहीं मिलेगा। कलियां गरदौरियां करके साडा पता नहीं कित्थे अटका लिया इन्होंने पैसे, पासे पासे पिंडां दे विच मिल गए। साडा पिंड जमी खाली हैगा, जमी एक बंदे नूं भी नहीं मुआवजा मिले। तुसीं किहदी मानदे आ वी किहदी इह अणगहली है वी जिहड़ा पैसे नहीं हजे तक पहुंचे? कहिंदे आ वी सरकारां दी अणगहली हैगी, क्यों नहीं सरकारां उह करदियां वी साडे जदों सारा कुछ लै गए, साथों खाते भी लै गए, साडियां गरदौरियां करके लै गए, साढ़े दो दो तीन तीन वारी गरदौरियां हो गई, साडी जवाबदेही होगी, पर फिर भी नहीं साडे कोल कुछ पहुँच रहा। असीं सरकारां नूं हुण की करिए, फिर असीं सरकार तो हम असी तो देखा ना फिर जो कोई एक गल बजुर्गो दसो, जो आप आए हैं तुम्हें क्या भी असी तो वोटा पा पा थक गए यार कि साडा तो जी नहीं करता। लोग जिहड़े अकाली दल कांग्रेस जिन्होंने राज कीता वारी वारी वो कहिंदे भी असी पंजाब नूं बदलता तो होर बदलांगे, लोगों च इन्नी निराशा क्यों आई है राजनीति नूं लैके? पंजाब नूं बदलिया जी, निघार वल नूं गया गा पंजाब बदलिया, तो निघार वाले पासे तो आप कह सकते हैं भी गया गा बदलिया गा, पर आप जो विकास वाले पासे कहीए ना सारिया पार्टियां ने इहनूं बस उस पास लेके गए, निघार वाले पास लेके गई पार्टी। इतने जिहड़ा सिद्धू मूसेवाला इतों के लोग असी जिते सारे हल्के गए हैं वीरे, वो कहिंदे भी जिहड़े टकसाली कांग्रसी आ उन्होंने नज़रअंदाज करके सिद्धू मूसेवाले पैसे के सिर पर टिकट दिती है, ये तुसीं किन्नी सच्चाई समझते हैं भी वड्डा नाम करके कांग्रेस ने उत्ते दा खेडिया जां फिर नज़रअंदाज किया टकसालियां नूं? नहीं ये तो जी पता की है जी, मतलब मूसेवाले का तो हुण प्रभाव से जिवें भी यूथ दे विच ज़्यादा प्रभाव है उहदा भी, मतलब वोट पै जूगी उहनूं, पर वो हो नहीं इन्नी नहीं पैंदी। इत्थे एक कलाकारी लाइन की आप गल करिए, कलाकारी खेत्र चों भगवंत मान आउंदा, कलाकारी खेत्र चों सिद्धू मूसेवाला आउंदा, भगवंत मान नूं लोक अक्सैप्ट कर रहे, उहनूं मन रहे आ, तो मूसेवाले नूं मन नहीं रहे। खैर आप ये भी गल करते हैं भी भगवंत मान ने आपदे आप नूं साबित किया, 5-7 साल वो एम पी रहा उस तों बाद, पर भगवंत मान नूं भी पहली वारी लोगों ने चुनिया, तो मूसेवाले ना क्यों ये जिहा हो रहा? नहीं वो फिर पुराने करके ला लो, जिवें विधानसभा दे विच पूरी टक्कर लेंदे रहे ने, पोल खोलते रहे ने लीडरां दी सारी, मतलब वो एक उक्के मतलब वधिया ने जे लोग, हरेक ही जनून है भी तीजी धर लैके आईए। तो रोलदू सिंह मानसा की आप गल करिए भी तुहाडे मानसा तो आ किसानी जिहड़े पूरे ज़्यादा सरगर्म किसानी लीडर के विचों एक आ, काफ़ी नाम आ उन्हां दा, उन्हां नूं जे संयुक्त किसान मोर्चे वालों टिकट मिलती आ तो उन्हां दा किवें की असर रहूगा इत्थे? वो तो देखो जी हजे नवें ने हजे, ठीक है भी जिवें इधर दिल्ली मोर्चा जित के बहुत उन्हां दा वधिया धन्नवाद सी, मतलब असीं तां कहिंदे सी भी हजे कोई मुश्किल है, देखो उन्हां दा कोई किसानां दी पार्टी दा कोई तुसीं पंजाब च होंद? नहीं जी हजे तो नवें आ, हजे चलो मतलब बनी जाते ने, टिकी जाते ने, बनी जाते ने नवें, मतलब हो ही जाता गा जिवें हुण जे लंघ गए चोण अगे वास्ते पता लग जू भी किन्नी कु वोट पैंदी है, फिर अगे फिर मतलब जितणगे जे हौली हौली मतलब आऊगा। बजुर्गो जे तीन चेहरिया की आप गल करिए, एक पासे भगवंत मान, दूजे पासे सुखबीर बादल ते चरणजीत सिंह चन्नी, इन्हां तिना चेहरिया के विचों किहदे ते लोगों नूं ज़्यादा भरोसा? भरोसा तो जी बादल साहब से ज़्यादा सीगा, हाँ जी, पर गल यह है मतलब जिहड़े बादल के मूहरले बंदे सी ना उन्होंने गधे नूं गां बनाता ते गां नूं बनाता गधा, उल्ट करता, उन्हां दी प्रभावी बादल ते पई नहीं। बादल ने माड़ा काम एक भी नहीं ते ना ही बादल ने माड़ा कोई करिया, ना ही बादल की माड़ी सोच, बादल सही सी बंदा, मूहरले बंदे ने गलत कर। हुण फिर जे आपां सारा कुल मिला के वेखीए भी इस वार जे मूहरलिया की गलती का जिहड़ा नतीजा वह किनू भुगतना पऊगा? वो तो जी इन्हां नूं वड्डे लीडरां नूं भुगतना पैणा, फिर उहदा फायदा किनू मिलेगा जी? फायदा तो हुण जी मतलब जिहड़ी नवीं पार्टी उस नहीं होगा। ਤੁਸੀਂ ਜਾਣੇ ਆ ਵੀ ਜਿਹੜੀਆਂ ਅਣਗਹਿਲੀਆਂ ਹੋਈਆਂ ਅਕਾਲੀ ਦਲ ਤੋਂ ਉਹਨਾਂ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੂ? ਹਾਂਜੀ ਹਾਂਜੀ ਆਮ ਆਦਮੀ ਪਾਰਟੀ ਨੂੰ ਮਿਲੂ। ਤੇ ਮੂਸੇਵਾਲਾ ਕਾਂਗਰਸੀ ਆ, ਕਾਂਗਰਸ ਦੀ ਕਾਰਜਕਾਰੀ ਤੋਂ ਕਿੰਨੇ ਕੁ ਮਾਨਸੇ ਵਾਲੇ ਸੰਤੁਸ਼ਟ ਆ? ਤਾਂ ਇਹ ਜਦੋਂ ਹੁਣ ਉਹਨਾਂ ਦੀ ਪਾਰਟੀ ਦੇ ਵਿਧਾਇਕ ਹੀ ਰੌਲਾ ਪਾਈ ਜਾਂਦੇ ਉਹੀ ਵਿਰੋਧਤਾ ਕਰਨਗੇ, ਉਹੀ ਨਹੀਂ ਵੋਟ ਪੈਣਗੇ, ਉਹ ਕਿਵੇਂ ਜਿੱਤਿਆ ਦੇਣਗੇ? ਉਹ ਆਪ ਹੀ ਕਹਿੰਦੇ ਵੀ ਮਤਲਬ ਇਸ ਦਾ 20 ਸਾਲ ਹੋ ਗਏ ਅਤੇ ਵੀ ਜੇ ਨਵਾਂ ਬੰਦਾ ਜਿੱਤ ਗਿਆ ਵੀ ਸਾਨੂੰ ਕੌਣ ਪੁੱਛੂਗਾ? ਸੋ ਤੁਸੀਂ ਕੁਛ ਕਹਿਣਾ ਚਾਹੋਗੇ? ਅਸੀਂ ਨਹੀਂ ਕੁਛ ਕਹਿੰਦੇ। ਕਿਉਂ ਜੀ ਤੁਸੀਂ ਵੋਟ ਨਹੀਂ ਪਾਉਣੀ? ਵੋਟ ਤਾਂ ਪਾਵਾਂਗੇ, ਹਜੇ ਰਾਏ ਨਹੀਂ ਬਣਾਈ ਵੀ ਕਿਹਨੂੰ ਪਾਉਣੀ ਹੈ? ਨਾ ਜੇ ਬਣਾਈ ਨਹੀਂ ਜੀ ਰਾਏ। ਤੂੰ ਮੂਸੇਵਾਲੇ ਦੇ ਗਾਣੇ ਗੁਣੇ ਸੁਣਦੇ? ਨਾ ਹੀ ਸੁਣਦੇ। ਉਹਦਾ ਊਂ ਦਬਾਅ ਜ਼ੋਰ ਕਿੰਨਾ ਕੁ ਲੱਗਦਾ ਤੁਹਾਨੂੰ? ਜ਼ੋਰ ਤਾਂ ਮੈਨੂੰ ਤਾਂ ਕੋਈ ਖਾਸ ਉਹਦੇ ਖੜਾ ਕੇ ਜੀ ਰਹੇਗਾ ਵਿਚਾਰਾ ਉਹ, ਅਤੇ ਕੋਈ ਉਹਨੇ ਉਹ ਬਾਹਲਾ ਉਹ ਨਹੀਂ ਕੀਤਾ ਉਹਨੇ।
ਬੜਾ ਪ੍ਰਭਾਵ ਜਿਹਾ ਨਹੀਂ ਪਾਇਆ ਕਿਸੇ। ਕਿਹੜੇ ਦਾ ਪ੍ਰਭਾਵ ਤੁਹਾਨੂੰ ਜ਼ਿਆਦਾ ਲੱਗਦਾ? ਪ੍ਰਭਾਵ ਤਾਂ ਸਾਨੂੰ ਆਮ ਪਾਰਟੀ 'ਤੇ ਲੱਗਦਾ ਜੀ। ਆਮ ਪਾਰਟੀ ਦੀਆਂ ਦਿੱਲੀ ਦੀਆਂ ਦਿੱਲੀ ਦੀ ਸਰਕਾਰ ਦੀ ਕਾਰਜਕਾਰੀ ਤੋਂ ਲੋਕ ਖੁਸ਼ ਆ, ਭਗਵੰਤ ਮਾਨ ਦੇ ਨਾਮ ਤੋਂ ਖੁਸ਼ ਆ, ਜਾਂ ਅਰਵਿੰਦ ਜਿਹੜਾ ਕੰਮ ਕਰਵਾਉਂਦਾ ਆਮ ਪਾਰਟੀ ਉਹ ਕਰੀਏ ਜਿਹੜਾ ਕੰਮ ਕਰੂਗਾ। ਉਹਨਾਂ ਨੇ ਦਿੱਲੀ ਦੇ ਵਿੱਚ ਹੁਣ ਇਲਾਜ ਫ੍ਰੀ ਕੀਤੇ ਨੇਗੇ ਲੋਕਾਂ ਦੇ, ਕਿੱਡੇ ਕਿੱਡੇ ਕੰਮ ਕੀਤੇ, ਬਿਜਲੀ ਦੇ ਬਿੱਲ ਘੱਟ ਕਰਤੇ, ਪਾਣੀ ਦੇ ਬਿੱਲ ਉਹ ਕਰਤੇ। ਇੱਕ ਵੱਡਾ ਆਰੋਪ ਵਿਰੋਧੀ ਪਾਰਟੀਆਂ ਵੱਲੋਂ ਲਗਾਇਆ ਜਾ ਰਿਹਾ, ਸਿੱਖ ਜਥੇਬੰਦੀਆਂ ਵੀ ਇਹ ਮੁੱਦਾ ਚੱਕ ਰਹੀਆਂ ਵੀ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਅੜਿੱਕਾ ਬਣ ਰਿਹਾ ਕੇਜਰੀਵਾਲ। ਇਹ ਹੈਗਾ, ਇਹ ਸਾਨੂੰ ਵੀ ਇਤਰਾਜ਼ ਹੈ ਇਸ ਚੀਜ਼ ਦਾ, ਅਸੀਂ ਇਹ ਚੀਜ਼ ਦਾ ਅਸੀਂ ਵੀ ਇਤਰਾਜ਼ ਕਰਦੇ ਹਾਂਗੇ ਕੇਜਰੀਵਾਲ ਸਾਹਿਬ 'ਤੇ ਵੀ ਕਿਉਂ ਨਹੀਂ ਤੂੰ ਫਾਈਲਾਂ 'ਤੇ ਸਾਈਨ ਕਰਦਾ, ਤੇਰੀ ਸਾਈਨ ਦੇ ਨਾਲ ਜੇ ਬੰਦਾ ਉਹ ਬਾਹਰ ਆਉਂਦਾ। ਇਸ ਪਾਸੇ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਫਾਈਲ LG ਕੋਲ ਪਈ ਆ, ਮੈਂ ਹੀ ਉਹਨਾਂ ਵੱਲੋਂ ਇੱਕ ਚਿੱਠੀ ਵੀ ਲਿਖੀ ਗਈ ਆ 2014 ਦੇ ਵਿੱਚ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ। ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਹੈ, LG ਕੋਲ ਪਈ ਆ, ਪਰ ਸਰਕਾਰ ਬਣੀ ਕੋਈ ਅੜਚਣ ਨਹੀਂ ਹੈਗੀ ਉਹਦੇ 'ਤੇ। ਕੇਜਰੀਵਾਲ ਦੀ ਜਦੋਂ ਕੋਲ ਆਉਂਦੀ ਹੈ ਤਾਂ ਉਹ ਫਾਈਲ 'ਤੇ ਸਾਈਨ ਕਰਦਾ ਕਿਉਂ ਨਹੀਂ ਗਾ ਵੀ ਕਰਨੇ ਚਾਹੀਦੇ ਨੇ ਉਹਨੂੰ? ਲੱਗਦਾ ਵੀ ਜਿਵੇਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆ ਉਸੇ ਤਰ੍ਹਾਂ ਜਿਹੜੇ ਵੀ ਆਪਦੀਆਂ ਸਜ਼ਾਵਾਂ ਭੁਗਤ ਚੁੱਕੇ ਆ ਜਿਹੜੇ ਬੰਦੀ ਸਿੱਖ ਆ ਉਹਨਾਂ ਦੀ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਇਹ ਘੱਟ ਗਿਣਤੀਆਂ ਦੇ ਨਾਲ ਬਹੁਤ ਨਜਾਇਜ਼ ਧੱਕਾ ਗਾ। ਇਹ ਸਰਕਾਰਾਂ ਨੂੰ ਵੇਖਣਾ ਚਾਹੀਦਾ, ਜਿਨ੍ਹਾਂ ਨੇ 30-35 ਸਾਲ ਹੁਣ ਜੇਲ੍ਹਾਂ ਕੱਟ ਲੀਆਂ ਉਹਨਾਂ ਦਾ ਪਿੱਛੇ ਰਹਿ ਕੀ ਗਿਆ? ਬੁੜੇ ਤਾਂ ਉਹ ਹੋ ਗਏ, ਉਹਨਾਂ ਨੂੰ ਹੁਣ ਜਿਹੜਾ ਬੁਢਾਪਾ ਆਪਦੇ ਘਰ 'ਚ ਤਾਂ ਕੱਟ ਲੈਣ ਆ ਕੇ, ਉਹਨਾਂ ਨੂੰ ਛੱਡਣਾ ਚਾਹੀਦਾ ਗਾ, ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਗਾ। ਸੋਏਸਨ ਮਾਨਸਾ ਦੇ ਲੋਕ ਜਿਨ੍ਹਾਂ ਦਾ ਕਹਿਣਾ ਕਿ ਮਾਨਸਾ ਦੇ ਵਿੱਚ ਲੋਕ ਬਦਲਾਵ ਚਾਹੁੰਦੇ ਆ ਕਿਉਂਕਿ ਜਿਹੜੀਆਂ ਪਹਿਲਾਂ ਦੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਵਿੱਚ ਅਜਿਹੇ ਲੋਕ ਸੀ ਜਿਨ੍ਹਾਂ ਨੇ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਉੱਪਰ ਤੱਕ ਨਹੀਂ ਪਹੁੰਚਾਈ, ਇਸੇ ਕਰਕੇ ਇਸ ਵਾਰ ਉਹ ਕਿਸੇ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਆ। ਸੋ ਵੇਖਦੇ ਰਹੋ ਅਸਲੀ ਪੰਜਾਬੀ।